ਐਕਚੁਅਲੀ ਲੱਭ ਕੇ ਹੈਗਾ ਹਾਈ ਕੋਰਟ। ਅੱਛਾ ਹਾਈ ਕੋਰਟ ਆਪਾਂ ਜਾਣਾ ਸੁੱਤੇ ਆਪਾਂ ਕਿਹਾ ਲੈਣਾ ਉਹ ਇਦਾਂ ਇਦਾਂ ਹੋਇਆ ਗਾ। सवेर दे सुते पए एकदम सानू ख्याल आया कि यार साडे तां वेट बहुत वधे होए आ। चलो थानू असीं लै चलीए अपनी बिल्डिंग दे विच इक छोटे जिम दे विच। अब फिर बिल्डिंग जिम ची स्टार्ट करिए। फुट नाल भी इदां हुंदा जदों प्रैक्टिस एक्सरसाइज करदे हां ਤੁਹਾਨੂੰ ਵਾਸੀਆਂ ਹੋਣੀ ਸ਼ੁਰੂ ਹੋ ਜਾਂਦੀਆਂ। ਮੇਰੇ ਨਾਲ ਅਕਸਰ ਹੁੰਦਾ ਜੀ ਤੇ ਜ਼ਿਆਦਾ ਹੁੰਦਾ। ਇਹ ਮੈਨੂੰ ਧੱਕਾ ਕਰ ਰਿਹਾ, ਕੱਲ੍ਹ ਵੀ ਮੈਨੂੰ ਧੱਕੇ ਨਾਲ ਜਿੰਮ ਚ ਲਿਆਇਆ। ਮੈਂ ਇੰਨੀ ਮੁਸ਼ਕਲ ਨਾਲ ਆਪਦਾ ਵਜਨ ਵਧਾਇਆ ਅਤੇ ਔਰ ਹੈਲਦੀ ਰਹਿਣ ਦੀ ਮੈਂ ਟਰਾਈ ਕਰ ਰਿਹਾ, ਇਹ ਮੈਨੂੰ ਗਲਤ ਰਾਹ 'ਤੇ ਲੈ ਕੇ ਜਾ ਰਿਹਾ, ਵੇਟ ਘਟਾ ਰਿਹਾ ਇਹ ਬੰਦਾ। ਠੀਕ ਆ, ਅਤੇ ਇਹ ਵੀ ਪਦਵੀ ਵਜਨਦਾਰ ਹੋਇਆ ਫਿਰਦਾ। ਚਲੋ ਇਹੀ ਤਾਂ, ਚਲੋ ਕੋਈ ਗੱਲ ਨਹੀਂ, ਪ੍ਰੈਕਟਿਸ ਚੱਲਦੀ ਆ ਤਾਂ ਜੇ ਝਾੜੇ ਤਾਂ ਇਹ ਝਾੜ ਜਾਂਦਾ। ਮੇਰਾ ਔਖਾ ਮੇਰਾ ਕੀ ਹੁੰਦਾ, ਮੈਟਾਬੋਲਿਜ਼ਮ ਆਪਾਂ ਘਟਾ ਲੈਣਾ ਉਹ ਇੱਦਾਂ ਇੱਦਾਂ ਹੋਇਆ ਗਿਆ ਠੀਕ ਹੋ ਗਿਆ। ਅਤੇ ਇੱਥੋਂ ਨਾ ਜਾਇਓ, ਇੱਥੋਂ ਮੈਂ ਪਤਲਾ ਲੱਗਦਾ ਅਤੇ ਮਤਲਬ ਸੁਣ ਕੇ ਉਹਦੀ ਆਵਾਜ਼ ਹੈ ਨਾ। ਬਿਲਡਿੰਗ ਦੇ ਵਿੱਚ ਹੀ ਆ ਰਨਿੰਗ ਕਰਾਂਗੇ, ਪੰਜ ਚਾਰ ਮਿੰਟ, ਦਸ ਮਿੰਟ ਮੈਂ ਕਰੂੰਗਾ। ਇਹ ਕਰੂੰਗਾ ਆਪਦੇ ਕਾਰਡੀਓ ਵਾਰਡੀਓ ਛਾਡੀਓ ਅਤੇ ਆਪਾਂ ਕਾਰਡੀਓ 'ਤੇ ਜਾਵਾਂਗੇ ਰਨਿੰਗ ਤੋਂ ਬਾਅਦ। ਹੋਰ ਸੁਣਾਓ, ਤੁਸੀਂ ਸਾਰੇ ਠੀਕ ਹੋ? ਸਿਹਤਾਂ ਠੀਕ ਆ, ਗੁੱਸਾ ਘੱਟ ਕਰਿਆ ਕਰੋ ਅਤੇ ਆਪਾਂ ਭਰਾ ਭਰਾ ਹੀ ਹੁੰਦੇ ਹਾਂ ਸਾਰੇ, ਕਿਉਂ ਬਾਈ? ਅਤੇ ਮੁਹੱਬਤ ਕਰਦੇ ਇੱਕ ਦੂਜੇ ਨਾਲ ਸਾਰਿਆਂ ਨਾਲ। ਇਹ ਦੁਨੀਆਦਾਰੀ ਕੁਛ ਨਹੀਂ ਰੱਖਿਆ, ਇਹ ਦੁਨੀਆਦਾਰੀ 'ਤੇ ਕੁਛ ਨਹੀਂ ਰੱਖਿਆ। ਅਤੇ ਅਗਰ ਕਿਸੇ ਨੇ ਬਾਈ ਸਾਡਾ ਕਿਹਾ, ਮਤਲਬ ਅਸੀਂ ਵਲੌਗ ਦੇ ਵਿੱਚ ਜੋ ਬੋਲਦੇ ਹਾਂ ਅਤੇ ਉਹਨੂੰ ਜ਼ਿਆਦਾ ਸੀਰੀਅਸ ਨਹੀਂ ਲੈਣਾ, ਅਸੀਂ ਕੋਈ ਫੰਨੇਖਾਰ ਨਹੀਂ ਵੀ ਸਾਡੇ ਬੋਲੇ ਅਤੇ ਉਹ ਉੱਥੇ ਹੀ ਚੀਜ਼ ਹੋ ਜਾਂਦੀ ਆ। ਅਤੇ ਟਰਾਈ ਟੂ ਅੰਡਰਸਟੈਂਡ, ਓਕੇ ਵੀਰੇ, ਥੈਂਕ ਯੂ ਸੋ ਮੱਚ, ਸਾਨੂੰ ਸਪੋਰਟ ਕਰਦੇ ਰਹੋ ਫਿਰ ਇੱਦਾਂ ਹੀ, ਕਿਉਂ ਬਾਬਾ। ਚੱਕ ਦੇ ਹੁਣ ਰੁਕੀ ਨਾ, ਅੱਜ ਘਟਾ ਕੇ ਹਟਣਾ 5 ਕਿਲੋ, ਅੱਜ 2 ਕਿਲੋ ਘਟਾ ਲਾ। ਕੱਲ ਨੂੰ ਟਾਈਮ ਲੱਗੇ, ਆਪਣਾ ਨਾਂ ਲੱਗੇ ਕੀ ਪਤਾ ਨਾ। ਠੀਕ ਬਹੁਤ ਤੇਜ਼ ਭੱਜਿਆ ਜਾ ਰਿਹਾ ਹੁਣ, ਬਸ ਖਿੱਚੀ ਰੱਖ ਕੰਮ, ਵੀਰ ਤਾਂ ਪੈਂਦੀ ਆ ਹੁਣ, ਵਧਾਉਂਗਾ ਹੌਲੀ ਹੌਲੀ। ਵੈਰੀ ਗੁੱਡ, ਵੀਡੀਓ ਦੇ ਚੱਕਰ ਦੇ ਵਿੱਚ ਅੱਗੇ ਨਾ ਨਿਕਲ ਜੀ। ਐਕਸਰਸਾਈਜ਼ ਹੋ ਚੱਲੀ ਹੈ, ਵਧੀਆ ਵਰਕ ਹੋ ਰਿਹਾ ਮੇਰਾ, ਇਹ ਤਾਂ ਬਹੁਤ ਕੰਮ ਆਇਆ। ਇਹ ਬੈਟਰੀ ਤੋਂ ਤੁਰਿਆ ਸੀ, ਬਹੁਤ ਅੱਗੇ ਨਿਕਲ ਗਿਆ। ਤੁਸੀਂ ਹੱਸਣਾ, ਤੁਹਾਡਾ ਹੱਸਣਾ ਜ਼ਰੂਰੀ ਜੀ, ਇਹ ਸਾਡੇ ਪਿੰਕੂ ਜੋਬ ਹੁੰਦੇ ਆ, ਕਿਉਂ ਛੋਟੇ ਛੋਟੇ ਜੋ। ਹੋਰ ਫਿਰ ਤੂੰ ਜਿੱਧਰ ਨੂੰ ਕੈਮਰਾ ਉੱਧਰ ਨੂੰ ਦੇਖੀ ਚੱਲ, ਆ ਜਾ ਦੇਖ, ਚੱਲ ਬਈ। ਅਤੇ 2-4 ਐਕਸਰਸਾਈਜ਼ ਹੋਰ ਕਰਾਂਗੇ, ਹੈ ਨਾ, ਦੇਖਦੇ ਹਾਂ। ਵਜਨ ਤਾਂ ਵਧਣ ਨਹੀਂ, ਕਿਉਂਕਿ ਜਾ ਕੇ ਸ਼ਾਮ ਨੂੰ ਇਹ ਵਧਣ ਦਿੰਦੀ ਹੈ ਕਿਤੇ, ਬਾਕੀ ਤੁਹਾਨੂੰ ਆਪ ਨਹੀਂ ਪਤਾ ਸੈਟਿੰਗ ਦਾ। ਓਕੇ ਫਿਰ ਮਿਲਦੇ ਹਾਂ ਐਕਸਰਸਾਈਜ਼ ਤੋਂ ਬਾਅਦ। ਹੋ ਗਿਆ ਵਰਕਆਊਟ? ਵਰਕਆਊਟ ਤਾਂ ਹੋ ਗਿਆ ਸਾਡੇ।
ਗੱਲ ਹੈਗੀ ਇੱਦਾਂ, ਤੂੰ ਚਾਹੇ ਲਾ ਘੰਟਾ, ਚਾਹੇ ਪਾਉਣਾ ਘੰਟਾ, ਚਾਹੇ ਦੋ ਘੰਟਾ, ਜਦੋਂ ਸ਼ਾਮ ਦੇ 7 ਕੁ ਵੱਜਦੇ ਨਾ ਲੁੱਤੀ ਆ ਮੰਜੀ ਹਲੋ ਸਭ ਤਾਂ ਤੂੰ ਗਿਆ ਹੀ ਹੋਏਗਾ। ਉਹ ਐਕਸਰਸਾਈਜ਼ ਬਟਨ ਵਜਨ ਘਟਣ ਥੋੜ੍ਹ ਦਿੰਦੀ ਆ, ਡਬਲ ਕੈਲਰੀਆਂ ਕਰ ਦਿੰਦੀ, ਤੇਰਾ ਤਾਂ ਚੱਲ ਸੀਰੀਅਸ ਨੀ ਲੈਣਾ ਕਿਸੇ ਗੱਲ ਨੂੰ। ਬਾਏ ਬਾਏ। ਹੁਣ ਸੁਣੋ ਜੀ, ਲੈ ਮੇਰਾ ਇੱਦਾਂ ਵੀ ਆਪਣਾ ਪਸੀਨਾ ਬਹੁਤ ਆਇਆ ਹੋਇਆ, ਘਰੇ ਆ ਕੇ ਵੀ ਛਾਤੀ ਵਾਲਾ ਟਾਈਮ ਆਪਣਾ, ਉਦੋਂ ਬੈਟਰ ਆਪਣਾ ਨਹੀਂ ਇਹਦਾ ਬੰਦੇ ਦਾ ਛਾਤੀ ਵਾਲਾ, ਛਾਤੀ ਵਾਲਾ ਇੱਦੋਂ ਵਧੀਆ ਆਪਾਂ ਪੂਲ 'ਤੇ ਚੱਲਦੇ ਅਤੇ ਪਸੀਨਾ ਸੁਕਾਉਂਦੇ ਹਾਂ, ਫਿਰ ਥੱਲੇ ਜਾਵਾਂਗੇ। ਠੀਕ ਹੈ ਨਾ, ਮੈਂ ਕਹਿੰਦਾ ਚੁੱਭੀਆਂ ਮਾਰ ਚੱਲਦਾ ਨਹਿਰ 'ਚ, ਨਹੀਂ ਗਰਮ ਕਰ ਦੋ ਜਾਂ, ਅਤੇ ਜੇ ਹਵਾ ਨਾ ਚੱਲਦੀ ਫਿਰ ਤਾਂ ਨਹਾਉਣ ਦਾ ਮਤਲਬ ਬਣਦਾ, ਟਾਵਲ ਦੇ ਲੈ ਕੇ ਨਹਾ ਸਕਦੇ ਹਾਂ, ਇਹ ਵੀ ਆ ਪਸੀਨਾ ਸੁਕਾਉਣ ਲਈ ਵਧੀਆ। ਹਾਂ ਹਵਾ ਬਹੁਤ ਚੱਲਦੀ ਆ, ਥੋੜੀ ਹਵਾ 'ਚ ਇੰਟਰਪਸ਼ਨ ਆਊਗੀ ਕਿਉਂਕਿ ਹਵਾ ਚੱਲਦੀ ਆ ਨਾ ਥੋੜੀ ਜਿਹੀ, ਤੇ ਹਵਾ ਨਾ ਹੋਵੇ ਥੋੜ੍ਹਾ ਜਿਹੀ ਗਰਮੀ ਹੋਰ ਹੋਵੇ ਫਿਰ ਆਪਾਂ ਇਹ ਚੱਲਦਾ ਮਤਲਬ ਨਹੀਂ। ਅੱਜ ਬਿਲਡਿੰਗ ਵਾਲੇ ਲਾਈਟਾਂ ਵੀ ਬੰਦ ਕੀਤੀਆਂ, ਹੈ ਕਿ ਨਾ, ਦੋ ਤਿੰਨ ਲੈਪ ਮਾਰ ਕੇ ਬੰਦਾ ਇਹ 'ਚ ਵੀ ਐਕਸਰਸਾਈਜ਼ ਕਰ ਸਕਦਾ, ਮਾਹੌਲ ਦੇਖਵਾਂਗੇ, ਮਾਹੌਲ ਪੂਰਾ ਵਧੀਆ। ਹੈ ਬਾਈ ਇੱਕ ਹੋਰ ਚੱਲਿਆ, ਨਹੀਂ ਚੱਲਿਆ ਨਹੀਂ ਉੱਤਰ ਰਿਹਾ, ਮਤਲਬ ਕਿ ਏਅਰਪੋਰਟ ਆ ਦੁਬਈ ਵਾਲਾ, ਇੱਦਾਂ ਮੈਨੂੰ ਨਹੀਂ ਪਤਾ ਏਅਰਪੋਰਟ ਬਾਰੇ, ਲੇਕਿਨ ਵਰਲਡ ਦਾ ਬਿਜ਼ੀਐਸਟ ਏਅਰਪੋਰਟ ਆ, ਸਾਰੀਆਂ ਤੁਸੀਂ ਮਤਲਬ ਇੱਕ ਕੈਲਕੂਲੇਸ਼ਨ ਕਰ ਸਕਦੇ ਹੋ, ਬੈਕ ਟੂ ਬੈਕ ਉਹਦੇ ਮਤਲਬ ਆ ਰਹੀਆਂ ਨੇ, ਇੱਕ ਆ ਰਹੀ ਹੈ ਇੱਕ ਉਹਦੇ ਪਿੱਛੇ ਆ, ਇੱਕ ਉਹਦੇ ਮਹਿੰਗੀ ਆ, ਇੱਥੇ 3 ਮਿੰਟ ਦੇ ਵਿੱਚ ਇੱਕ ਫਲਾਈਟ ਉੱਤਰਦੀ ਆ, ਅੱਛਾ ਇੰਨਾ ਬਿਜ਼ੀ ਆ, ਇੱਦਾਂ ਆ ਗੱਲਬਾਤ, ਇੱਦਾਂ ਫਿਰ ਠੀਕ ਆ ਠੀਕ ਆ ਠੀਕ ਆ। ਜਿਮ ਹੋ ਗਿਆ? ਜਿਮ ਹੋ ਗਿਆ, ਵਧੀਆ ਰਿਲੈਕਸ, ਨਹਾ ਧੋ ਵੀ ਹੋ ਗਿਆ, ਫਰੈਸ਼ ਹੋ ਗਿਆ, ਜਮਾਂ ਕਿਵੇਂ ਹਲਕਾ ਫੁਲਕਾ ਲੱਗ ਰਿਹਾ, ਘਟੂਗਾ ਅੱਜ ਥੋੜ੍ਹਾ, 100 ਗ੍ਰਾਮ ਘਟੂਗਾ, ਮੈਨੂੰ ਤਾਂ ਲੱਗਦਾ ਮੇਰਾ ਕਾਫੀ ਘੱਟ ਗਿਆ, ਅਤੇ ਮੈਨੂੰ ਲੱਗਦਾ ਮੇਰਾ ਵੀ ਵੇਟ ਘਟੂਗਾ, ਲੇਕਿਨ ਭੁੱਖ ਬਹੁਤ ਲੱਗੀ ਆ, KFC ਆਰਡਰ ਕਰਦੇ, KFC ਆਰਡਰ ਕਰਦੇ ਅਤੇ ਆਪਾਂ ਜਿਹੜਾ ਅੱਜ ਵੇਟ ਘਟਿਆ ਉਹ ਕੱਲ੍ਹ ਨੂੰ ਘਟਾਵਾਂਗੇ, ਹੋਰ ਅੱਜ ਆਪਾਂ ਨੂੰ ਪੂਰਾ ਕਰ ਲਈਏ, ਫਿਰ ਆਪਾਂ ਵੱਧ ਖਾ ਜਾਣਾ, ਵੱਧ ਦਾ ਖਾਧਾ ਜੋ ਡਬਲ ਐਕਸਰਸਾਈਜ਼, ਹਾਂ ਡਬਲ ਐਕਸਰਸਾਈਜ਼, ਇਹ ਨਹੀਂ ਹੁੰਦੇ ਇੱਦਾਂ ਨਹੀਂ ਘਟਦੇ, ਇੱਦਾਂ ਨਹੀਂ ਘਟਦੇ, ਮਤਲਬ ਜਿਹੜਾ ਵਲੌਗ ਅਸੀਂ ਸਟਾਰਟ ਕੀਤਾ ਆਪਣਾ ਉਹ ਹੈਗਾ ਮੋਟੀਵੇਸ਼ਨ, ਤੁਸੀਂ ਰਿਡਿਊਸ ਕਰੋ ਆਪਦਾ ਵੇਟ, ਹੈ ਨਾ, ਲੇਕਿਨ ਜਦੋਂ ਆਪਾਂ ਐਂਡ ਕਰਨਾ ਉਹ KFC ਦੀ ਬਕਟ 'ਤੇ ਜਾਂ ਕੋਈ ਵੀ ਫਾਸਟ ਫੂਡ 'ਤੇ ਹੋਊਗਾ ਜਾ ਕੇ, ਫਿਰ ਐਂਡ 'ਤੇ ਜਾ ਕੇ ਡੀਮੋਟੀਵੇਸ਼ਨ ਹੋ ਜਾਂਦਾ ਵਾ, ਹੈ ਨਾ, ਸਿਸਟਮ ਬਸ ਰਾਤ ਵਾਲਾ ਟਾਈਮ ਨਹੀਂ ਨਿਕਲਦਾ, ਪੰਜਾਬੀ ਕਰ ਲੈਣਗੇ ਤਾਂ ਡਾਇਟ ਨਹੀਂ ਮੋਜੂ ਯਾਰ, ਨਹੀਂ ਆਹ ਉਮਰ ਤਾਂ ਨਹੀਂ ਹੁੰਦੀ ਯਾਰ, 7-8 ਵਜੇ ਜਾ ਕੇ ਨਾ ਜਿਹੜੀ ਡਾਇਟ ਬਦਲਦੀ ਆ, ਹਾਂ ਬੰਦੇ ਦੀ ਉਹ ਔਖਾ ਕਰਦੀ ਆ, ਸਹੀ ਆ, ਆਰਡਰ ਕਰਤਾ, ਕਰ ਦਿੰਦੇ ਹਾਂ, ਕਰ ਦਿਓ ਫਿਰ ਜਲਦੀ, ਅਤੇ ਜਦੋਂ KFC ਆਉਂਦਾ ਫਿਰ ਤੁਹਾਨੂੰ ਉਦੋਂ ਮਿਲਦੇ ਹਾਂ ਅਸੀਂ, ਅਤੇ ਵਲੌਗ ਦਾ ਐਂਡ ਖਾਣ ਤੋਂ ਬਾਅਦ ਹੀ ਕਰਾਂਗੇ ਆਪਾਂ, ਠੀਕ ਆ, ਹੁਣ ਆਪਾਂ ਵਲੌਗ ਇੱਥੇ ਕੱਟ ਕਰਾਂਗੇ, ਔਡਰ ਉਹ ਕਰੂਗਾ ਜਿਹੜਾ ਆਪਾਂ ਰਿਡਿਊਸ ਕੀਤਾ ਵਜਨ ਉਹ ਆਪਾਂ ਪੂਰਾ ਕਰਾਂਗੇ, ਥੋੜ੍ਹਾ ਜਿਹਾ ਕੰਮ ਆ ਥੱਲੇ, ਅਸੀਂ ਥੱਲੇ ਜਾ ਕੇ ਆਉਂਦੇ ਹਾਂ, ਅਤੇ ਜਦ ਤੱਕ KFC ਡਿਲੀਵਰੀ ਹੋਊਗੀ ਫਿਰ ਆਪਾਂ ਮਿਲਦੇ KFC ਖਾਣ ਤੋਂ ਮਤਲਬ ਬਾਅਦ, ਠੀਕ ਆ ਜੀ, ਚਲੋ ਮਿਲਦੇ ਹਾਂ ਅਗਲੇ ਪਾਰਟ ਦੇ ਵਿੱਚ। ਤੂੰ ਮੈਨੂੰ ਦੱਸਤਾ ਸੀ ਕਿੱਥੇ ਲੈ ਕੇ ਚੱਲਿਆ, ਲੈ ਕੇ ਤਾਂ ਆ ਗਿਆ, ਪਤਾ ਇਹਨੇ ਕੀ ਕੀਤਾ, ਔਡਰ ਕਰਦਾ KFC,
ਕਰਨਾ ਕਾਰਡ ਤੋਂ ਸੀਗਾ ਆਲਵੇਜ਼ ਕਾਰਡ ਦੇ ਵਿੱਚ ਹੀ ਪੈਸੇ ਹੁੰਦੇ ਨਾ ਕੈਸ਼ ਕੌਣ ਰੱਖਦਾ ਅਤੇ ਕਲਿੱਕ ਕੈਸ਼ 'ਤੇ ਕਰਤਾ ਹੁਣ ਪੈਸੇ ਕਢਾਉਣ ਚੱਲੇ ਆ ਏ ਟੀ ਐੱਮ 'ਚ ਫਿਰ ਹੁਣ ਦੇਣੇ ਵੀ ਆ ਔਡਰ ਤਾਂ ਹੋ ਗਿਆ ਹੁਣ ਜੇ ਤੂੰ ਪ੍ਰੋਪਰ ਕੈਸ਼ ਔਡਰ ਕਰ ਦਿੰਦਾ ਯਾਰ ਗਲਤਾਂ ਹੋ ਗਿਆ ਗਲਤਾਂ ਪ੍ਰੋਪਰ ਬਟਨ ਦੱਬ ਦਿੰਦਾ ਜੰਗ ਜਿੱਤਣੀ ਹੋਰ ਅਸੀਂ ਕੀ ਪਾਸਵਰਡ ਨਾ ਮਾਰਦਾ ਦੇਖਾ ਚਲੋ ਜੀ ਆਹੀ ਕੰਮ ਨੂੰ ਅਸੀਂ ਆਏ ਸੀ ਥੱਲੇ ਬਿਲਕੁਲ ਬਿਲਡਿੰਗ ਦੇ ਥੱਲੇ ਆਈ ਟੀਆਂ ਬਾਹਲਾ ਦੂਰ ਨਹੀਂ ਹੈਗਾ ਤਾਂ ਕਰਕੇ ਈਜ਼ੀ ਹੈ ਕੰਮ ਅਤੇ ਹੋ ਗਿਆ ਪੈਸੇ ਕਢਾ ਲਿਆ ਥੱਦਾ ਪੂਰਾ ਵਧੀਆ ਤਰੀਕੇ ਨਾਲ ਮੈਸੇਜ ਵੀ ਆ ਗਿਆ ਇਹਦੇ 'ਚ ਚੱਲ ਆ ਜਾ ਫਿਰ ਚੱਲੀਏ ਜਿਮ ਤੋਂ ਬਾਅਦ ਕੇ ਐਫ ਸੀ ਜਿਮ ਤੋਂ ਬਾਅਦ ਵਾਲਾ ਅਤੇ ਹੁਣ ਆਪਾਂ ਇਹਨੂੰ ਕੀ ਕਰਦੇ ਹਾਂ ਹੁਣ ਆਪਾਂ ਇਹਨੂੰ ਝੰਬਦੇ ਹਾਂ ਮਤਲਬ ਆਪਾਂ ਖਾਈਏ ਅਤੇ ਫਿਰ ਇੰਜੋਏ ਕਰੀਏ ਅੱਜ ਟਾਈਮ ਹੈ ਨਾ ਤਾਂ ਇਹਦੇ ਨਾਲ ਹੀ ਆਪਾਂ ਕਰਦੇ ਹਾਂ ਅੱਜ ਛੋਟੇ ਵਲੌਗ ਦਾ ਐਂਡ ਥੈਂਕ ਯੂ ਸੋ ਮਚ ਫੋਰ ਵਾਚਿੰਗ ਡੂ ਗਰੋਥ ਚੈਨਲ